ਚੀਮਾ ਸਾਹਿਬ, ਪਹਿਲੀ ਬਰਸੀ ਸਮਾਗਮ ਹੈ ਜਿਹੜਾ ਕਰਵਾਇਆ ਜਾ ਰਿਹਾ ਹੈ, ਤਾਂ ਕਿਵੇਂ ਦੇਖ ਰਹੇ ਹੋ? ਅੱਜ ਬਾਦਲ ਸਾਹਿਬ ਦੀ ਜਿਹੜੀ ਪਹਿਲੀ ਬਰਸੀ ਹੈ ਉਹਦਾ ਸਮਾਗਮ ਹੈ, ਔਰ ਵੱਡੀ ਗਿਣਤੀ ਦੇ ਵਿੱਚ ਪਾਰਟੀ ਦੇ ਸਾਡੇ ਆਗੂ ਸਾਹਿਬਾਨ, ਵਰਕਰ ਸਾਹਿਬਾਨ ਅਤੇ ਹੋਰ ਸ਼ਖਸੀਅਤਾਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆ ਰਹੇ। ਬਾਦਲ ਸਾਹਿਬ ਦੇ ਜਾਣ ਦਾ ਅੱਜ ਇੱਕ ਸਾਲ ਤੋਂ ਬਾਅਦ ਸਾਰੇ ਪੰਜਾਬ ਨੂੰ ਮਹਿਸੂਸ ਹੋ ਰਿਹਾ ਕਿ ਕਿੱਡੀ ਵੱਡੀ ਔਰ ਮਹਾਨ ਸ਼ਖਸੀਅਤ ਸਨ ਕਿ ਜਿਨ੍ਹਾਂ ਨੇ ਸਾਰੇ ਧਰਮਾਂ ਦੇ ਲੋਕਾਂ ਦੇ ਨਾਲ, ਸਾਰੇ ਵਰਗਾਂ ਦੇ ਨਾਲ ਉਹਨਾਂ ਨੂੰ ਨਾਲ ਲੈ ਕੇ ਅਤੇ ਪੰਜਾਬ ਦੇ ਵਿੱਚ ਅਮਨ, ਸ਼ਾਂਤੀ, ਭਾਈਚਾਰਕ ਸਾਂਝ ਦਾ ਬਹੁਤ ਵੱਡਾ ਰੋਲ ਪਲੇ ਕੀਤਾ। ਕਈ ਵਾਰ ਮੁੱਖ ਮੰਤਰੀ ਬਣੇ ਔਰ ਸੇਵਾਦਾਰ ਬਣ ਕੇ ਜਿਹੜੀਆਂ ਸੇਵਾਵਾਂ ਉਹਨਾਂ ਨੇ ਕੀਤੀਆਂ। ਅੱਜ ਜਦੋਂ ਬਾਦਲ ਸਾਹਿਬ ਦੀ ਸ਼ਖਸੀਅਤ ਨੂੰ ਦੂਜਿਆਂ ਦੇ ਨਾਲ ਲੋਕ ਕੰਪੇਅਰ ਕਰਦੇ ਤਾਂ ਬਹੁਤ ਵੱਡੀ ਘਾਟ ਜਿਹੜੀ ਹੈ ਉਹਨਾਂ ਦੇ ਜਾਣ ਦੀ ਅੱਜ ਮਹਿਸੂਸ ਹੁੰਦੀ ਹੈ। ਸੋ ਅੱਜ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਫਿਰ ਉਹਨਾਂ ਨੂੰ ਇੱਕ ਵਾਰੀ ਉਹਨਾਂ ਦੀ ਬਰਸੀ 'ਤੇ ਯਾਦ ਕਰਨ ਵਾਸਤੇ ਇਕੱਤਰ ਹੋਣ। ਚੀਮਾ ਸਾਹਿਬ, ਇੱਕ ਅਜਿਹੀ ਸ਼ਖਸੀਅਤ ਸੀਗੀ ਜਿਹਨਾਂ ਨੇ ਹਰ ਇੱਕ, ਚਾਹੇ ਉਹ ਆਪਦੀ ਪਾਰਟੀ ਦੇ ਨੁਮਾਇੰਦੇ ਹੋਣ ਜਾਂ ਫਿਰ ਵਿਰੋਧੀ ਪਾਰਟੀ ਦੇ ਨੁਮਾਇੰਦੇ ਹੋਣ, ਹਰ ਇੱਕ ਦੇ ਨਾਲ ਹਲੀਮੀ ਦੇ ਨਾਲ ਗੱਲ ਕਰਨੀ, ਨਿਮਰਤਾ ਦੇ ਨਾਲ ਗੱਲ ਕਰਨੀ, ਜੇਕਰ ਆਪਦੀ ਉਮਰ ਤੋਂ ਕੋਈ ਛੋਟੇ ਹੈ ਤਾਂ ਉਹਨਾਂ ਨੂੰ ਵੀ ਸਤਿਕਾਰ ਦਿੰਦੇ ਸੀਗੇ। ਦੇਖੋ, ਇਹੀ ਗੱਲਾਂ ਉਹਨਾਂ ਤੋਂ ਸਿੱਖਣ ਵਾਲੀਆਂ। ਹੁਣ ਬਾਦਲ ਸਾਹਿਬ ਵਿਧਾਨ ਸਭਾ ਦੇ ਵਿੱਚ ਨਹੀਂ ਸੀ ਅਤੇ ਐਲਕੀ ਵਿਧਾਨ ਸਭਾ ਦੇ ਵਿੱਚ ਕੀ ਕੁਛ ਹੋਇਆ, ਇੱਥੋਂ ਹੀ ਪਤਾ ਲੱਗਦਾ ਕਿ ਵੱਡੀਆਂ ਸ਼ਖਸੀਅਤਾਂ ਜਦੋਂ ਸਾਡੇ ਪਵਿੱਤਰ ਸਦਨ ਦੇ ਵਿੱਚ ਹੁੰਦੀਆਂ ਅਤੇ ਸਦਨ ਦਾ ਲੈਵਲ ਕਿੱਥੇ ਪਹੁੰਚ ਜਾਂਦਾ ਅਤੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਕਿੰਨਾ ਸਦਨ ਦਾ ਮਿਆਰ ਜਿਹੜਾ ਉਹ ਥੱਲੇ ਆ ਗਿਆ। ਇਹੀ ਉਹਨਾਂ ਦੇ ਜੀਵਨ ਤੋਂ ਸਿੱਖਣ ਵਾਲੀ ਗੱਲ ਸੀ ਕਿ ਜਿੰਨਾ ਉਹ ਵੱਡੇ ਸਨ, ਜਿੰਨੀ ਉਹਨਾਂ ਨੂੰ ਵੱਡੇ ਰੁਤਬੇ ਮਿਲਦੇ ਗਏ, ਉਨਾ ਹੀ ਨਿਉ ਕੇ ਉਹ ਜਨਤਾ ਦੀ ਸੇਵਾ ਜਿਹੜੀ ਆ ਉਹ ਕਰਦੇ। ਚੀਮਾ ਸਾਹਿਬ, ਤੁਸੀਂ ਲੰਬਾ ਸਮਾਂ ਉਹਨਾਂ ਦੇ ਨਾਲ ਕੰਮ ਕੀਤਾ ਵਾ, ਤਾਂ ਤੁਹਾਨੂੰ ਕੋਈ ਸਭ ਤੋਂ ਵੱਧ ਕਿਹੜੀ ਗੱਲ ਹੈ ਜਿਹੜੀ ਕਿ ਉਹਨਾਂ ਦੀ ਜਿਹੜੀ ਕਿ ਯਾਦ ਆਉਂਦੀ ਹੈ ਜਾਂ ਤੁਸੀਂ ਅੱਜ ਉਸਨੂੰ ਮਿਸ ਕਰਦੇ ਹੋ? ਦੇਖੋ, ਉਹਨਾਂ ਦੇ ਜਿਹੜੇ ਗੁਣ ਹੈ ਉਹਨਾਂ ਦਾ ਵਿਖਿਆਨ ਕਰਨਾ ਬਹੁਤ ਲੰਬਾ ਸਮਾਂ ਚਾਹੀਦਾ। ਸਭ ਤੋਂ ਵੱਡੀ ਗੱਲ ਹੈ ਕਿ ਜੋ ਸਬਰ, ਸੰਤੋਖ, ਸਹਿਜ ਉਹਨਾਂ ਦੇ ਵਿੱਚ ਸੀ, ਹਲੀਮੀ ਸੀ, ਉਹ ਇੱਕ ਇਹੋ ਜਿਹਾ ਗੁਣ ਹੈ ਜਿਹੜਾ ਉਹਨਾਂ ਦੇ ਵਿਰੋਧੀਆਂ ਨੂੰ ਵੀ ਕੀਲ ਕੇ ਰੱਖਦਾ ਸੀ। ਹਰ ਇੱਕ ਦੀ ਗੱਲ ਸੁਣਨੀ, ਸਮੇਂ ਦਾ ਪਾਬੰਦ ਰਹਿਣਾ, ਆਪਣੀ ਜ਼ਿੰਮੇਵਾਰੀ ਦਾ 24 ਘੰਟੇ ਜਿਹੜਾ ਉਹਨਾਂ ਨੂੰ ਅਹਿਸਾਸ ਰਹਿੰਦਾ ਸੀ, ਕੋਸ਼ਿਸ਼ ਕਰਦੇ ਸੀ ਕਿ ਹਰ ਇੱਕ ਦੇ ਨਾਲ ਇਨਸਾਫ ਕਰੇ। ਇਸ ਕਰਕੇ ਇਹੋ ਜਿਹੇ ਸਾਰੇ ਗੁਣ ਇੱਕ ਸ਼ਖਸੀਅਤ ਦੇ ਵਿੱਚ ਹੋਣੇ ਬਹੁਤ ਔਖਾ ਹੁੰਦਾ, ਪਰ ਮਹਾਰਾਜ ਦੀ ਬੜੀ ਵੱਡੀ ਬਖਸ਼ਿਸ਼ ਸੀ ਉਹਨਾਂ 'ਤੇ ਕਿ ਉਹ ਧਾਰਮਿਕ ਤੌਰ ਦੇ ਉੱਤੇ ਵੀ ਬੜੇ ਮਜ਼ਬੂਤ ਸਨ, ਰਾਜਨੀਤਿਕ ਤੌਰ ਦੇ ਉੱਤੇ ਵੀ, ਸਮਾਜਿਕ ਤੌਰ 'ਤੇ ਵੀ, ਸਾਰੇ ਪੱਖਾਂ ਤੋਂ ਉਹ ਬਹੁਤ ਵੱਡੀ ਸ਼ਖਸੀਅਤ ਸੀ। ਬਿਲਕੁਲ, ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜਾ ਕਿ ਯਾਦ ਉਹ ਕੀਤਾ ਜਾ ਰਿਹਾ, ਤਾਂ ਦਲਜੀਤ ਸਿੰਘ ਚੀਮਾ ਇੱਥੇ ਪਹੁੰਚ ਚੁੱਕੇ ਹੋਏ ਨੇ, ਤਾਂ ਹੋਰ ਵੀ ਕਈ ਸ਼ਖਸੀਅਤਾਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਪਹੁੰਚਣਗੀਆਂ। ਤਾਂ ਤਸਵੀਰਾਂ ਤੁਹਾਨੂੰ ਇੱਕ ਵਾਰ ਫਿਰ ਤੋਂ ਦਿਖਾ ਦਿੰਦੇ ਹਾਂ, ਤਿਆਰੀਆਂ ਨੇ ਜਿਹੜੀਆਂ ਕਿ ਉਹ ਕੀਤੀਆਂ ਜਾ ਰਹੀਆਂ ਨੇ। 10 ਤੋਂ ਲੈ ਕੇ 12 ਵਜੇ ਤੱਕ ਜਿਹੜਾ ਕੀਰਤਨ ਹੈ ਕੀਤਾ ਜਾਵੇਗਾ, ਤਾਂ ਕੀਰਤਨ ਉਪਰੰਤ 12 ਵਜੇ ਜਿਹੜੀ ਕਿ ਅਰਦਾਸ ਹੈ ਉਹ ਕੀਤੀ ਜਾਣੀ ਹੈ। ਤਾਂ ਅੱਜ ਪਿੰਡ ਬਾਦਲ ਦੇ ਵਿਖੇ ਪਹਿਲੀ ਜਿਹੜਾ ਕਿ ਬਰਸੀ ਸਮਾਗਮ ਹੈ, ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਕਿ ਪਹਿਲੀ ਬਰਸੀ ਹੈ ਮਨਾਈ ਜਾ ਰਹੀ ਹੈ, ਤਾਂ ਵੱਡੀ ਗਿਣਤੀ ਵਿੱਚ ਲੋਕ ਇੱਥੇ ਪਹੁੰਚ ਸਕਦੇ ਨੇ ਅਤੇ ਉਹਨਾਂ ਨੂੰ ਸ਼ਰਧਾਂਜਲੀ ਜਿਹੜੀ ਕਿ ਦਿੱਤੀ ਜਾਵੇਗੀ। ਕੈਮਰਾ ਪਰਸਨ ਬੋਬੀ ਦੇ ਨਾਲ ਹਿੰਮਤ ਸਿੰਘ ਦਿਖਪਾਲ, ਦੈਨਿਕ ਸਵੇਰਾ ਬਾਦਲ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।